ਜਿਸ ਸਥਿਤੀ ਜੜੀ ਇਤਨਾ ਪੂਰਨ ਹੋ ਰ ਗਿਆ ਜੋ ਦੋ ਗੋਟਾਂ ਦੇ ਵਿਚ ਝੜਪ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਜ਼ਿਲ੍ਹੇ ਚ ਸਖਤ ਸੁਰੱਖਿਆ ਕਰ ਦਿੱਤੀ ਗਿਆ ਨੋ ਹਿੰਸਾ ਦੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਨਾਟਾ ਛਾਇਆ ਹੋਇਆ ਹੈ ਕਾ ਤਾਂ ਜ਼ਿਆਦਾਤਰ ਜਿਹੜਾ ਆ ਸੁਰੱਖਿਆ ਬਲ ਤੈਨਾਤ ਕਰ ਦਿੱਤਾ ਗਿਆ ਦੋ ਗੋਟਾਂ ਦੇ ਵਿਚ ਝੜਪ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਇੰਟਰਨੈਟ ਸੇਵਾ ਵੀ ਜਿਹੜੀਆਂ 5 ਅਗਸਤ ਤੱਕ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਤਾਂ ਕਰਫਿਊ ਲਗਾ ਦਿੱਤਾ ਗਿਆ ਤੇ ਲੋਕਾਂ ਨੂੰ ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਤਣਾਅ ਜਿਹੜਾ ਆ ਦਿਨੋ-ਦਿਨ ਹੋਰ ਜ਼ਿਆਦਾ ਵਧਦਾ ਜਾ ਰਿਹਾ ਤੇ ਤਣਾਅ ਨੂੰ ਦੇਖਦੇ ਹੋਏ ਤੇ ਸਥਿਤੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਕਿ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਕਰਫਿਊ ਲਗਾ ਦਿੱਤਾ ਗਿਆ ਤਾਂਕਿ ਕੋਈ ਅਨਸੁਖਾਮੀ ਘਟਨਾ ਜੜੀਆ ਹੋਰ ਨਾ ਵਾਪਰ ਸਕੇ ਹਰਿਆਣਾ ਦੇ ਨੋਹ ਦੇ ਵਿੱਚ ਇਹ ਤਣਾਪੂਰਨ ਸਥਿਤੀ ਤੋਂ ਬਾਅਦ ਫੈਸਲਾ ਲਿਆ ਗਿਆ ਦੋ ਗੋਟਾਂ ਦੇ ਵਿੱਚ ਝੜਪ ਹੋਈ ਸੀ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਗਏ ਨੇ ਹਾਲਾਂਕਿ ਨੋਹਾਂਸਾ ਦੇ ਵਿੱਚ ਨੋ ਮਾਫ਼ ਕਰਨਾ 6 ਲੋਕਾਂ ਦੀ ਮੌਤ ਜਿਹੜੀ ਆ ਹੋਈ ਹੈ ਦੋ ਗੋਟਾਂ ਦੇ ਵਿੱਚ ਝੜਪ ਤੋਂ ਬਾਅਦ ਕਰਫਿਊ ਲਗਾਇਆ ਗਿਆ ਹੈ ਸਥਿਤੀ ਜੜੀਆ ਬੜੀ ਹੀ ਤਣਾਪੂਰਨ ਦੇਖਣ ਨੂੰ ਮਿਲ ਰਹੀ ਹੈ ਤਾਂ ਚਾਰੇ ਪਾਸੇ ਜੁੜਾਇਆ ਸਨਨਾਟਾ ਸਾ ਛਾਇਆ ਹੋਇਆ ਹੈ ਹਰ ਦੁਕਾਨ ਨੂੰ ਤਾਲਾ ਲੱਗਿਆ ਹੈ ਕਿਉਂਕਿ ਕਰਫਿਊ ਲਗਾ ਦਿੱਤਾ ਗਿਆ ਬਾਹਰ ਨਿਕਲਣ ਨੂੰ ਲੋਕਾਂ ਤੋਂ ਮਨਾਹੀ ਕਰ ਦਿੱਤੀ ਗਈ ਹੈ ਇੰਟਰਨੈਟ ਸੇਵਾ ਵੀ ਜਿਹੜੀ ਆ 5 ਅਗਸਤ ਤੱਕ ਬੰਦ ਕਰ ਦਿੱਤੀ ਗਈ ਹੈ 5 ਅਗਸਤ ਤੱਕ ਇੰਟਰਨੈਟ ਸੇਵਾ ਜੜੀਆਂ ਬਹਾਲ ਨਹੀਂ ਕੀਤੀ ਜਾਵੇਗੀ ਤਾਂ ਕਿ ਸੋਸ਼ਲ ਮੀਡੀਆ ਤੇ ਕੋਈ ੜਕਾ ਉਪਾਸ਼ਣ ਕੋਈ ੜਕਾ ਸਪੀਚ ਜਾਂ ਕੋਈ ੜਕਾ ਪੋਸਟ ਜੜੀਆਂ ਨਾ ਪਾਈ ਜਾ ਸਕੇ ਇਸ ਕਰਕੇ ਸੋਸ਼ਲ ਮੀਡੀਆ ਇੰਟਰਨੈਟ ਜਿਹੜਾ ਆ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਅਨਸੁਖਾਵੀ ਘਟਨਾ ਹੋਰ ਜ਼ਿਆਦਾ ਹਿੰਸਾ ਜਿਹੜੀ ਆ ਨਾ ਫੈਲਾਈ ਜਾ ਸਕੇ ਨੋਹ ਹਿੰਸਾ ਦੇ ਵਿੱਚ 6 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਸਥਿਤੀ ਜਿਹੜੀ ਆ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਤਣਾਅਪੂਰਨ ਬੜੀ ਹੋਈ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿ ਹੁਣ ਸਥਿਤੀ ਪਤਾ ਨਹੀਂ ਕਿਹੋ ਜੀ ਹੋਵੇਗੀ ਪਰ ਸੁਰੱਖਿਆ ਬਲਾਂ ਨੂੰ ਲਗਾ ਦਿੱਤਾ ਗਿਆ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ